PRTC ਨੌਕਰੀ ਕੀਤੀ, ਸਰਵਿਸ ਕੀਤੀ, ਟੈਕਨੀਕਲ ਜੋਬ 'ਚ ਰਿਹਾ ਮੈਂ। ਜੋ ਬੱਸ ਦੇ ਵਿੱਚ ਬਣਿਆ ਹੁੰਦਾ ਜੀ, ਸਭ ਇਹਦੇ ਵਿੱਚ ਪੂਰਾ ਕਰੂੰਗਾ। ਜੇ ਕੋਈ ਦੂਰਾ ਵੀ ਹੋਇਆ ਹਾਲੇ ਰਹਿੰਦਾ ਹੋਇਆ, ਉਹ ਵੀ ਪੂਰਾ ਕਰੂੰਗਾ। ਕਿੰਨਾ ਕੁ ਖਰਚਾ ਆ ਗਿਆ? ਇੱਥੇ ਲਗਭਗ 2.5 ਲੱਖ ਰੁਪਇਆ ਮੇਰੇ ਚੱਲ ਰਿਹਾ ਹਾਲੇ ਜੀ। ਮੇਰਾ ਨਾਮ ਰੇਸ਼ਮ ਸਿੰਘ ਹੈ ਜੀ, ਕੰਗ। ਤੁਸੀਂ ਆਪਣੇ ਬਾਰੇ ਦੱਸੋ ਜੀ। ਮੈਂ PRTC ਨੌਕਰੀ ਕੀਤੀ, ਸਰਵਿਸ ਕੀਤੀ, ਟੈਕਨੀਕਲ ਜੋਬ 'ਚ ਰਿਹਾ ਮੈਂ ਔਰ ਐਡਮਗਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ, ਅਤੇ ਕਾਫੀ ਲੰਬਾ ਸਭਾ 39-40 ਸਾਲ ਮੈਂ ਨੌਕਰੀ ਕੀਤੀ ਉੱਥੇ, ਅਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬੱਸ ਬਣਾਈ, ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ। ਸਰਪੰਚ ਦੇ ਨਾਲ ਹੀ ਮੈਂ ਉਸ ਤੋਂ ਬਾਅਦ ਫਿਰ ਰਿਟਾਇਰ ਹੋਣ ਤੋਂ ਸਰਪੰਚੀ ਤੋਂ ਬਾਅਦ ਮੈਂ ਬੱਸ ਬਣਾਉਣੀ ਸ਼ੁਰੂ ਕੀਤੀ ਫਿਰ। ਇਹ ਬੱਸ ਦਾ ਸਪਨਾ ਕਿੱਦਾਂ ਹੈ ਮਨ 'ਚ ਆਇਆ? ਇਹ ਪਹਿਲਾਂ ਹੀ ਮੇਰੇ ਮਨ 'ਚ ਸੀ। ਲੋਕ ਆਮ ਬੰਦੇ ਦੀਆਂ ਖੁਆਇਸ਼ਾਂ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ, ਚੰਗੀ ਚੀਜ਼ ਬਣਾਵਾਂ, ਚੰਗੀ ਕੋਈ ਜਾਇਦਾਦ ਬਣਾਵਾਂ। ਪਰ ਮੇਰੀ ਇਹ ਜਾਇਦਾਦ ਸੀ, ਇਹ ਮੇਰੀ ਰੋਟੀ ਰੋਜੀ ਸੀ, ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਊਂਗਾ। ਕਦੋਂ ਤੁਸੀਂ ਰਿਟਾਇਰ ਹੋਏ ਅਤੇ ਕਦੋਂ ਬੱਸ ਬਣਾਈ? ਮੈਂ 2013 'ਚ ਰਿਟਾਇਰ ਹੋਇਆ ਜੀ, 13 'ਚ ਰਿਟਾਇਰ ਹੋਇਆ ਜੀ, ਅਤੇ 18 'ਚ ਮੈਂ ਸ਼ੁਰੂ, 19 'ਚ ਕੀਤੀ ਇਹ ਜੀ। ਕਿੰਨੇ ਸਾਲ ਲੱਗ ਗਏ ਬਣਾ? ਮੈਨੂੰ 2 ਸਾਲ ਲੱਗ ਗਏ। ਕਰੋਨਾ ਆ ਗਈ ਵਿੱਚ, ਕਰੋਨਾ 1.5 ਸਾਲ ਬੰਦ ਰਹੀ, ਕੰਮ ਬੰਦ ਰਿਹਾ। ਕਰੋਨਾ ਤੋਂ ਬਾਅਦ ਫਿਰ ਮੈਂ ਬਿਮਾਰ ਹੋ ਗਿਆ, ਮੇਰੇ ਬਿਮਾਰ ਹੋਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ। ਪਰਮਾਤਮਾ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ ਮੈਨੂੰ, ਮੇਰੀ ਬੱਸ ਅਧੂਰੀ ਪਈ ਆ, ਮੈਂ ਬੱਸ ਆਪਣੀ ਤਿਆਰ ਕਰਨੀ ਆ, ਅਤੇ ਪਰਮਾਤਮਾ ਮੈਨੂੰ ਸਮਾਂ ਦਿੱਤਾ, ਮੈਂ ਠੀਕ ਕਰਤਾ, ਮੈਂ ਆਪਣੀ ਫਿਰ ਬੱਸ ਤਿਆਰ ਕਰਨ ਲੱਗ ਪਿਆ ਕੇ। ਕੀ ਕੁਛ ਬਣਾਇਆ ਵਿੱਚ ਤੁਸੀਂ? ਜੋ ਬੱਸ ਦੇ ਵਿੱਚ ਬਣਿਆ ਹੁੰਦਾ ਜੀ, ਸਭ ਇਹਦੇ ਵਿੱਚ ਪੂਰਾ ਕਰੂੰਗਾ। ਜੇ ਕੋਈ ਦੂਰਾ ਵੀ ਹੋਇਆ ਹਾਲੇ ਰਹਿੰਦਾ ਹੋਇਆ, ਉਹ ਵੀ ਪੂਰਾ ਕਰੂੰਗਾ। ਕਿੰਨਾ ਕੁ ਖਰਚਾ ਆ ਗਿਆ? ਇੱਥੇ ਲਗਭਗ 2.5 ਲੱਖ ਰੁਪਇਆ ਮੇਰੇ ਚੱਲ ਰਿਹਾ ਹਾਲੇ ਜੀ। ਕੀ ਰਹਿ ਗਿਆ ਜੀ ਹਾਲੇ? ਇਹਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ, ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ, LCD ਵਗੈਰਾ ਲੱਗ ਗਈ ਆ, ਹੋਰ ਚੀਜ਼ਾਂ ਲੱਗੀਆਂ, ਥੋੜ੍ਹੀ ਜਿਹੀ ਮੀਨਾਕਾਰੀ ਲਿਖਾਈ ਐਰਾ ਵਗੈਰਾ ਵਿੱਚ ਕਰਨ ਵਾਲੀ ਜੀ ਹਾਲੇ। ਆਸ ਪਾਸ ਦੇ ਲੋਕ ਦੇਖਣ ਆਉਂਦੇ? ਬਹੁਤ ਆਉਂਦੇ ਆ ਆਸ ਪਾਸ ਦੇ, ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ NRI ਬੰਦੇ, ਆਮ ਪਿੰਡ ਦੀ ਫੈਮਲੀਆਂ ਜਿਹੜੀਆਂ ਆਉਂਦੀਆਂ ਉਹ ਆਮ ਦੇਖਣ ਆਉਂਦੀਆਂ। ਆਹ ਹਾਈਵੇ 'ਚ ਲਾਗੇ ਚੱਲ ਰਿਹਾ ਸਾਡੇ, ਹਾਈਵੇ ਤੋਂ ਬੱਸ ਦਿਖਦੀ ਆ ਤਾਂ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ, ਆਹ ਸਾਡੀ ਹੋਰ ਪਿੰਡ ਦੀਆਂ ਫੈਮਲੀਆਂ ਸਾਰੀਆਂ ਹੋਈਆਂ। ਅੱਛਾ, ਤੁਸੀਂ ਕੁਛ ਤੁਹਾਡਾ ਸੁਪਨਾ ਬੱਚਿਆਂ ਨੂੰ ਆਪਣੇ ਦੱਸ ਕੇ ਜਾ ਰਹੇ ਹੋ ਇਸ ਬਾਰੇ? ਹਾਂ, ਬੱਚਿਆਂ ਨੂੰ ਮੈਂ ਸਮਝਾਉਣਾ, ਬੱਚਿਆਂ ਨੂੰ ਮੈਂ ਆਪਣੇ ਦੋਹਤਿਆਂ ਨੂੰ, ਆਪਣੀ ਪੋਤੀ ਨੂੰ, ਪੋਤਿਆਂ ਨੂੰ ਸਾਰਿਆਂ ਨੂੰ ਸਮਝਾਊਂਗਾ। ਗੱਲ ਇਹ ਵੀ ਬਈ ਇਹਦਾ ਖਿਆਲ ਕਿੱਦਾਂ ਰੱਖਣਾ, ਇਹਨੂੰ ਸੰਭਾਲ ਕਿੱਦਾਂ ਕਰਨੀ ਹੈ, ਜੇ ਮੈਂ ਬਣਾਈ ਹੈ ਤਾਂ ਇਹ ਸੰਭਾਲ ਵੀ ਇਹਨਾਂ ਨੇ, ਬੱਚਿਆਂ ਨੇ ਕਰਨੀ ਹੈ। ਇਹਨੂੰ ਜਿੱਦਾਂ ਆਪਾਂ ਆਪਣੀ ਗੱਡੀ ਸੰਭਾਲਦੇ ਹਾਂ ਜਾਂ ਆਪਣਾ ਮੋਟਰਸਾਈਕਲ ਸਾਫ਼ ਰੱਖਦੇ ਹਾਂ, ਆਪਣੇ ਕੱਪੜੇ ਸਾਫ਼ ਰੱਖਦੇ ਹਾਂ, ਆਪਣਾ ਆਪ ਸਾਫ਼ ਰੱਖਦੇ ਹਾਂ, ਇਸੇ ਤਰ੍ਹਾਂ ਬੱਸ ਨੂੰ ਵੀ ਸਾਫ਼ ਰੱਖਣਾ ਤੁਸੀਂ, ਬੱਸ ਦੀ ਸੰਭਾਲ ਤੁਸੀਂ ਕਰਨੀ ਹੈ। ਇਹਨਾਂ ਨੂੰ ਇਹ ਸਮਝਾ ਕੇ ਰੱਖਦਾ ਕਿ ਤੁਸੀਂ ਕਰਨਾ ਆ, ਇਹਦੀ ਡਿਊਟੀ ਬਣਾਉਣੀ ਆਪਾਂ ਵੀ, ਹਰ ਮਹੀਨੇ ਹਰ ਸਾਲ ਇੱਕ ਵਾਰੀ ਤੇਰੀ ਡਿਊਟੀ ਹੋ ਗਈ, ਦੂਜੀ ਵਾਰ ਮੇਰੀ ਹੋ ਗਈ, ਡਿਊਟੀਆਂ ਵੰਡ ਲਓ ਆਪਣੀਆਂ ਆਪਣੀਆਂ, ਅਤੇ ਤੁਹਾਨੂੰ ਮੈਂ ਗਿਫਟ ਵੀ ਦਿਆ ਕਰੂੰਗਾ ਇਹਦਾ, ਜਦ ਤੱਕ ਮੈਂ ਬੈਠਾ ਮੈਂ ਤੁਹਾਨੂੰ ਗਿਫਟ ਵੀ ਦਊਂਗਾ ਦੀ ਸਫਾਈ ਦਾ, ਬੱਚਿਆਂ ਨੂੰ ਇਹ ਵੀ ਕਹਿੰਦਾ ਮੈਂ ਤੁਹਾਨੂੰ ਗਿਫਟ ਵੀ ਦਿਆ ਕਰੂੰਗਾ ਸਾਲ ਬਾਅਦ ਕੋਈ ਨਾ ਕੋਈ ਤੁਹਾਡਾ ਇੱਦਾਂ ਦੀ ਕੰਮ। PRTC ਨੌਕਰੀ ਕੀਤੀ, ਸਰਵਿਸ ਕੀਤੀ, ਟੈਕਨੀਕਲ ਜੋਬ 'ਚ ਰਿਹਾ ਮੈਂ। ਜੋ ਬੱਸ ਦੇ ਵਿੱਚ ਬਣਿਆ ਹੁੰਦਾ ਜੀ, ਸਭ ਇਹਦੇ ਵਿੱਚ ਪੂਰਾ ਕਰੂੰਗਾ। ਜੇ ਕੋਈ ਦੂਰਾ ਵੀ ਹੋਇਆ ਹਾਲੇ ਰਹਿੰਦਾ ਹੋਇਆ, ਉਹ ਵੀ ਪੂਰਾ ਕਰੂੰਗਾ। ਕਿੰਨਾ ਕੁ ਖਰਚਾ ਆ ਗਿਆ? ਇੱਥੇ ਲਗਭਗ 2.5 ਲੱਖ ਰੁਪਇਆ ਮੇਰੇ ਚੱਲ ਰਿਹਾ ਹਾਲੇ ਜੀ। ਮੇਰਾ ਨਾਮ ਰੇਸ਼ਮ ਸਿੰਘ ਹੈ ਜੀ, ਕੰਗ। ਤੁਸੀਂ ਆਪਣੇ ਬਾਰੇ ਦੱਸੋ ਜੀ। ਮੈਂ PRTC ਨੌਕਰੀ ਕੀਤੀ, ਸਰਵਿਸ ਕੀਤੀ, ਟੈਕਨੀਕਲ ਜੋਬ 'ਚ ਰਿਹਾ ਮੈਂ ਔਰ ਐਡਮਗਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ, ਅਤੇ ਕਾਫੀ ਲੰਬਾ ਸਭਾ 39-40 ਸਾਲ ਮੈਂ ਨੌਕਰੀ ਕੀਤੀ ਉੱਥੇ, ਅਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬੱਸ ਬਣਾਈ, ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ। ਸਰਪੰਚ ਦੇ ਨਾਲ ਹੀ ਮੈਂ ਉਸ ਤੋਂ ਬਾਅਦ ਫਿਰ ਰਿਟਾਇਰ ਹੋਣ ਤੋਂ ਸਰਪੰਚੀ ਤੋਂ ਬਾਅਦ ਮੈਂ ਬੱਸ ਬਣਾਉਣੀ ਸ਼ੁਰੂ ਕੀਤੀ ਫਿਰ। ਇਹ ਬੱਸ ਦਾ ਸੁਪਨਾ ਕਿੱਦਾਂ ਹੈ ਮਨ 'ਚ ਆਇਆ? ਇਹ ਪਹਿਲਾਂ ਹੀ ਮੇਰੇ ਮਨ 'ਚ ਸੀ। ਲੋਕ ਆਮ ਬੰਦੇ ਦੀਆਂ ਖੁਆਇਸ਼ਾਂ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ, ਚੰਗੀ ਚੀਜ਼ ਬਣਾਵਾਂ, ਚੰਗੀ ਕੋਈ ਜਾਇਦਾਦ ਬਣਾਵਾਂ। ਪਰ ਮੇਰੀ ਇਹ ਜਾਇਦਾਦ ਸੀ, ਇਹ ਮੇਰੀ ਰੋਟੀ ਰੋਜੀ ਸੀ, ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਊਂਗਾ। ਕਦੋਂ ਤੁਸੀਂ ਰਿਟਾਇਰ ਹੋਏ ਅਤੇ ਕਦੋਂ ਬੱਸ ਬਣਾਈ? ਮੈਂ 2013 'ਚ ਰਿਟਾਇਰ ਹੋਇਆ ਜੀ, 13 'ਚ ਰਿਟਾਇਰ ਹੋਇਆ ਜੀ, ਅਤੇ 18 'ਚ ਮੈਂ ਸ਼ੁਰੂ, 19 'ਚ ਕੀਤੀ ਇਹ ਜੀ। ਕਿੰਨੇ ਸਾਲ ਲੱਗ ਗਏ ਬਣਾ? ਮੈਨੂੰ 2 ਸਾਲ ਲੱਗ ਗਏ। ਕਰੋਨਾ ਆ ਗਈ ਵਿੱਚ, ਕਰੋਨਾ 1.5 ਸਾਲ ਬੰਦ ਰਹੀ, ਕੰਮ ਬੰਦ ਰਿਹਾ। ਕਰੋਨਾ ਤੋਂ ਬਾਅਦ ਫਿਰ ਮੈਂ ਬਿਮਾਰ ਹੋ ਗਿਆ, ਮੇਰੇ ਬਿਮਾਰ ਹੋਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ,
ਪਰਮਾਤਮਾ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ, ਮੈਨੂੰ ਮੇਰੀ ਬੱਸ ਅਧੂਰੀ ਪਈ ਆ, ਮੈਂ ਬੱਸ ਆਪਣੀ ਤਿਆਰ ਕਰਨੀ ਆ, ਅਤੇ ਪਰਮਾਤਮਾ ਮੈਨੂੰ ਸਮਾਂ ਦਿੱਤਾ, ਮੈਂ ਠੀਕ ਕਰਤਾ, ਮੈਂ ਆਪਣੀ ਫਿਰ ਬੱਸ ਤਿਆਰ ਕਰ ਲਾ ਪਿਆਣ ਕੇ। ਤਾਂ ਕੀ ਕੁਛ ਬਣਾਇਆ ਵਿੱਚ ਤੁਸੀਂ? ਜੋ ਬੱਸ ਦੇ ਵਿੱਚ ਬਣਿਆ ਹੁੰਦਾ ਜੀ, ਸਭ ਇਹਦੇ ਵਿੱਚ ਪੂਰਾ ਕਰੂੰਗਾ, ਜੇ ਕੋਈ ਅਧੂਰਾ ਵੀ ਹੋਇਆ ਹਾਲੇ ਰਹਿੰਦਾ ਹੋਇਆ ਉਹ ਵੀ ਪੂਰਾ ਕਰੂੰਗਾ। ਕਿੰਨਾ ਕੁ ਖਰਚਾ ਆ ਗਿਆ? ਇੱਥੇ ਲਗਭਗ 2.5-3 ਲੱਖ ਰੁਪਇਆ ਮੇਰਾ ਚੱਲ ਰਿਹਾ ਹਾਲੇ ਜੀ। ਕੀ ਰਹਿ ਗਿਆ ਜੀ ਹਾਲੇ? ਇਹਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ, ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ, LCD ਵਗੈਰਾ ਲੱਗ ਗਈ ਆ, ਹੋਰ ਚੀਜ਼ਾਂ ਲੱਗੀਆਂ, ਥੋੜ੍ਹੀ ਜਿਹੀ ਮੀਨਾਕਾਰੀ ਲਿਖਾਈ ਐਰਾ ਵਗੈਰਾ ਵਿੱਚ ਕਰਨ ਵਾਲੀ ਜੀ ਹਾਲੇ। ਆਸ ਪਾਸ ਦੇ ਲੋਕ ਦੇਖਣ ਆਉਂਦੇ? ਬਹੁਤ ਆਉਂਦੇ ਆ ਆਸ ਪਾਸ ਦੇ, ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ NRI ਬੰਦੇ, ਆਮ ਪਿੰਡ ਦੀ ਫੈਮਲੀਆਂ ਜਿਹੜੀਆਂ ਆਉਂਦੀਆਂ ਉਹ ਆਮ ਦੇਖਣ ਆਉਂਦੀਆਂ। ਆਹ ਹਾਈਵੇ 'ਚ ਲਾਗੇ ਚੱਲ ਰਿਹਾ ਸਾਡੇ, ਹਾਈਵੇ ਤੋਂ ਬੱਸ ਦਿਖਦੀ ਹੈ ਤਾਂ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ। ਆਹ ਸਾਡੀ ਹੋਰ ਪਿੰਡ